ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੰਜ ਕਰੋੜ ਰੁਪਏ ਕਿਲੋ ਅਖਰੋਟ, ਕੀ ਕਦੀ ਸੁਣਿਆ ਹੈ ਕਿ ਖਰੋਟਾਂ ਦੀ ਇੰਨੀ ਕੀਮਤ ਹੋ ਸਕਦੀ ਹੈ? ਪਾਕਿਸਤਾਨ ਤੋਂ ਭਾਰਤ ਭੇਜੇ ਗਏ ਇਹਨਾਂ ਖਰੋਟਾਂ 'ਚ ਕੀ ਖਾਸ ਹੈ ਤੁਹਾਨੂੰ ਜਲਦ ਹੀ ਦੱਸ ਦਿਆਂਗੇ। ਪਰ ਇਸ ਤੋਂ ਪਹਿਲਾਂ ਤੁਸੀਂ ਵੇਖੋ, ਗ੍ਰਿਫਤਾਰ ਪਤੀ ਪਤਨੀ। ਕਸ਼ਮੀਰ ਦਾ ਰਹਿਣ ਵਾਲਾ ਇਹ ਜੋੜਾ ਦਰਅਸਲ ਖਰੋਟਾਂ ਦੀ ਆੜ 'ਚ ਕੁਝ ਹੋਰ ਹੀ ਕਰ ਰਿਹਾ ਸੀ। ਲੁਧਿਆਣਾ ਦੀ STF ਨੂੰ ਸੂਚਨਾ ਮਿਲੀ, ਇਹਨਾਂ ਦੀ ਗੱਡੀ ਰੋਕੀ ਗਈ, ਤਲਾਸ਼ੀ ਲਿੱਤੀ ਗਈ ਤਾਂ ਗੱਡੀ 'ਚੋਂ ਬਰਾਮਦ ਹੋਏ ਖਰੋਟ। STF ਨੇ ਖਰੋਟਾਂ ਨੂੰ ਖੰਗਾਲਿਆ ਤਾਂ ਪਤਾ ਲੱਗਿਆ ਕਿ ਖਰੋਟਾਂ ਦੀ ਆੜ 'ਚ ਤਾਂ ਇਹ ਚਿੱਟਾ ਸਪਲਾਈ ਕਰੀ ਜਾਂਦੇ ਨੇ। ਦਰਅਸਲ ਇਹਨਾਂ ਕੋਲੋਂ ਖਰੋਟਾਂ ਦੀ ਆੜ ਦੇ ਵਿੱਚ ਲਿਆਇਆ ਜਾ ਰਿਹਾ 10 ਕਿਲੋ ਚਿੱਟਾ ਬਰਾਮਦ ਕੀਤਾ ਗਿਆ ਹੈ। STF ਦੀ ਮੰਨੀਏ ਤਾਂ ਇਹ ਲੋਕ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ 'ਚ ਸਪਲਾਈ ਕਰ ਰਹੇ ਸਨ। ਯਾਨੀ ਕਿ ਪੰਜਾਬ ਬਾਰਡਰ 'ਤੇ ਸਖਤੀ ਹੋਣ ਤੋਂ ਬਾਅਦ ਹੁਣ ਕਸ਼ਮੀਰ ਵੱਲੋਂ ਹੈਰੋਇਨ ਇੱਥੇ ਆ ਰਹੀ ਹੈ ਅਤੇ ਇਸ ਹੈਰੋਇਨ ਨੂੰ ਪੰਜਾਬ 'ਚ ਵੇਚਣ ਦਾ ਧੰਦਾ ਕਰ ਰਿਹਾ ਹੈ ਜੋੜਾ। ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇੰਟਰਨੈਸ਼ਨਲ ਮਾਰਕੀਟ 'ਚ ਕਰੀਬ 50 ਕਰੋੜ ਦੀ ਵੈਲਿਊ ਦੀ ਹੈਰੋਇਨ ਬਰਾਮਦ ਕੀਤੀ ਹੈ। ਤੁਸੀਂ ਆਪ ਹੀ ਸੁਣੋ ਕਿਵੇਂ ਹੋਈ ਗ੍ਰਿਫਤਾਰੀ, AIG ਸਵਪਨਦੀਪ ਦੀ ਜ਼ੁਬਾਨੀ। ਕੱਲ੍ਹ STF ਯੂਨਿਟ ਲੁਧਿਆਣਾ ਨੇ FIR ਰਜਿਸਟਰ ਕੀਤੀ, 276 ਨੰਬਰ FIR ਇਨਫੋਰਮੇਸ਼ਨ ਕੇ ਉੱਪਰ। ਉਸੀ ਕੀ ਇਨਵੈਸਟੀਗੇਸ਼ਨ ਕੇ ਦੌਰਾਨ ਕਾਰਵਾਈ ਕਰਤੇ ਹੋਏ ਦੋ ਵਿਅਕਤੀਓ ਹਸਬੈਂਡ ਵਾਈਫ ਕੋ ਅਰੈਸਟ ਕੀਆ ਹੈ, ਮੁਹੰਮਦ ਜਮੀਲ, ਮੁਹੰਮਦ ਅਰਬੀ ਔਰ ਉਸਕੀ ਵਾਈਫ ਜਮੀਲ। ਇਨਸੇ 10 ਕਿਲੋ ਔਰ 250 ਗ੍ਰਾਮ ਹੈਰੋਇਨ ਰਿਕਵਰ ਕੀ ਹੈ, ਜੋ ਪਾਕਿਸਤਾਨ ਸੇ ਸਮਗਲ ਹੋ ਕੇ ਵਾਇਆ JNK ਪੰਜਾਬ ਮੇਂ ਭੇਜੀ ਜਾ ਰਹੀ ਥੀ। ਇਨਸੇ ਇਨਕੀ ਗਾੜੀ ਵੀ ਬਰਾਮਦ ਕੀ ਹੈ, ਜਿਸ ਮੇਂ ਯੇ ਸਾਰਾ ਟ੍ਰਾਂਸਪੋਰਟ ਕੀਆ ਜਾ ਰਹਾ ਥਾ। ਇਨਕੋ ਕੋਰਟ ਮੇਂ ਪੇਸ਼ ਕੀਆ ਗਿਆ ਔਰ ਇਨਕਾ 6 ਦਿਨ ਕਾ ਰਿਮਾਂਡ STF ਲੁਧਿਆਣਾ ਯੂਨਿਟ ਕੋ ਮਿਲਾ ਹੈ। ਫਰਦਰ ਇਨਵੈਸਟੀਗੇਸ਼ਨਸ ਕੀ ਤਬਦੀਲ ਯੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਸੇ ਯੇ ਕ੍ਰੋਸ ਕੀ ਗਈ ਹੈ JNK ਮੇਂ ਔਰ ਵਹਾਂ ਸੇ ਯੇ ਫਰਦਰ ਪੰਜਾਬ ਐਂਡ ਅਦਰ ਏਰੀਆਜ਼ ਮੇਂ ਸਪਲਾਈ ਕੀ ਜਾਤੀ ਹੈ। ਯੇ ਆਪਣੀ ਸਵਿਫਟ ਗਾੜੀ, ਇਨਕੇ ਨਾਮ ਪੇ ਗਾੜੀ ਹੈ, ਉਸਮੇ ਅਖਰੋਟ ਕੇ ਬੈਗੇਜ ਮੇਂ ਡਾਲ ਕੇ ਕੰਸੀਲ ਕਰਕੇ ਲੈ ਕੇ ਆ ਰਹੇ ਥੇ। ਅਭੀ ਤੱਕ ਤੋ ਯੇ ਟ੍ਰਾਂਸਪੋਰਟ ਕਰਨੇ ਵਾਲੇ ਜੋ ਖੁਦ ਹਸਬੈਂਡ ਵਾਈਫ ਹੈ ਵੋ ਹੈ ਪਕੜੇ ਗਏ ਹੈਂ। ਬਾਕੀ ਇਨਵੈਸਟੀਗੇਸ਼ਨ ਔਨ ਹੈ, ਹਮਕੋ ਕੁਛ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਕੇ ਬਾਰੇ ਮੇਂ ਹਮ ਇਨਵੈਸਟੀਗੇਸ਼ਨ ਕਰ ਰਹੇ ਹੈਂ। ਯੇ POK ਸੇ ਸਮਗਲਰ ਹੈ, ਜੋ ਇਨਕੋ ਸਮਾਨ ਭੇਜਤੇ ਹੈ ਉਹ ਆਗੇ ਪਹੁੰਚਾਇਆ ਜਾਤਾ ਹੈ। ਔਰ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਹੋਈ ਹੈ ਉਸਕੇ ਮੁਤਾਬਿਕ ਯੇ ਪਹਿਲੇ ਵੀ ਯਹਾਂ ਪੇ ਪੰਜਾਬ ਮੇਂ ਅਸਾਈਨਮੈਂਟ ਡਿਲੀਵਰ ਕਰ ਚੁੱਕਾ ਹੈ। ਯੇ ਬੇਸਿਕਲੀ ਰਾਜੌਰੀ ਕੋ ਬਿਲੋਂਗ ਕਰਤਾ ਔਰ ਸੈਟਲਡ ਜੋ ਹੈ ਵੋ ਜੰਮੂ ਮੇਂ ਹੈ। ਇਸਕੀ ਵਾਈਫ ਇਸਕੇ ਸਾਥ ਇਨਵੋਲਵਡ ਹੈ। ਯੇ ਅਭੀ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ, ਜਬ ਹਮ ਬੈਕਵਰਡ ਤੱਕ ਪਹੁੰਚੇਗੇ ਵਹਾਂ ਤੱਕ JNK ਪੁਲਿਸ ਕੇ ਹੈਲਪ ਲਈ ਜਾ ਰਹੀ ਹੈ ਔਰ ਜੋ ਵੀ ਬਾਤ ਸਾਹਮਣੇ ਆਏਗੀ ਵੋ ਬਤਾਏ। ਲੁਧਿਆਣਾ ਕੇ ਲੀਏ ਸਹੀ ਹੈ, ਯੇ ਕੰਸਾਈਨਮੈਂਟ ਲੁਧਿਆਣਾ ਕੇ ਲੀਏ ਥੀ। ਜੀ ਯੇ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਮੇਂ ਆਇਆ ਹੈ ਕਿ ਇਹ ਕੰਸਾਈਨਮੈਂਟ ਉਨ੍ਹੋਂਨੇ ਪਹਿਲੇ ਅੰਮ੍ਰਿਤਸਰ ਮੇਂ ਦੀ ਹੈ। ਦੇਖੇ ਇਸਕੀ ਕੋਈ ਕੀਮਤ ਨਹੀਂ ਬਤਾ ਸਕਦੇ ਹਮ, ਆਪਣੇ ਆਪਣੇ ਅੰਦਾਜ਼ੇ ਹੈ। ਜੋ ਆਪ 5 ਕਰੋੜ ਕੇ ਰੇਟ ਕੋਟ ਕਰਤੇ ਹੈ ਵੋ ਇੰਟਰਨੈਸ਼ਨਲ ਮਾਰਕੀਟ ਮੇਂ ਹੋਤਾ ਹੈ।